जी मेरे मोहतरम खादम जी जिस जगह असी बैठे हैं जी ये मतलब वो जैलदारा का घर से जी। अच्छा ते ये जिहड़े सरदार दर्शन सिंह ने ना इन्हां दे इस घर नाल इन्हां दे सरदार वरियान सिंह जिहड़े उन्हां दे वालिद सन उन्हां दा बड़ा प्यार सी इस घर नाल मैं इन्ना को प्यार सी के मतलब यक जान सन। सही हां जी ते कोई भी मशवरा सलाह बाद जिहड़े सरदार वरियान सिंह ते चौधरी जमद खान चौधरी मोहम्मद खान के जिहड़े वालिद सन उन्हां दी मर्जी तो बगैर कोई कदम नहीं सन उठांदे। की नाम जी अपना? जनाब मेरा नाम निसार अहमद है। ठीक है वाला साहब दा जी मैं दसना जी ते मैं सरदार दर्शन सिंह साहब ने जड़ा जी नाम ही लिया मेरे वाला साहब दा उन्होंने पूछा गया सी कि तुसी और केड़े केड़े बंदे नु जानदे तो उन्होंने आख्या जी एक चोरी मोहम्मद अमीन है मैं उन्हू भी जानता सा। अच्छा मैं चोरी मोहम्मद अमीन दा बेटा हुआ जी। वाह जी चोरी मोहम्मद अमीन जड़े ने ओ इन्हां दे जड़े दोस्त सन चोरी रहमत खां ओ उन्हां दे बेटे सन ते ए असि उन्हां कोलो सुनदे रहे अपने दादा जी कोलो। अच्छा यानी चौधरी रहमत खान चौधरी रहमत खान साहब कोलो के सिंबलपुर जेड़े ने सरदारा दा घर सी ते मेरे उन्हां नाल बड़े तल्लक सन। ਤੁਹਾਨੂੰ ਬੜੀ ਖੁਸ਼ੀ ਹੋਈ ਹੈ ਜੀ ਕਿ ਤੁਸੀਂ ਸਾਡੇ ਰੋਹਾਂ ਤੁਹਾਨੂੰ ਵੇਖਿਆ ਤੇ ਨਹੀਂ ਲੇਕਿਨ ਤੁਸੀਂ ਸਾਡੇ ਵਾਲਦ ਦਾ ਸਾਡੇ ਦਾਦੇ ਦਾ ਪੜਦਾਦੇ ਦੇ ਨਾਵਾਂ ਨੂੰ ਜਾਣਦੇ ਹੋ ਅਗਰ ਤੁਹਾਨੂੰ ਜ਼ਿੰਦਗੀ ਚ ਕਦੀ ਮੌਕਾ ਮਿਲੇ ਤੇ ਅਸੀਂ ਤੁਸੀਂ ਏਅਰਪੋਰਟ ਤੇ ਆਓ ਤੇ ਅਸੀਂ ਤੁਹਾਨੂੰ ਅੱਗੋਂ ਵੈਲਕਮ ਕਰਨਾ ਸੀ ਏਅਰਪੋਰਟ ਤੇ ਹੋਵਾਂਗੇ ਜੀ ਕਦੀ ਸਾਨੂੰ ਨਨਕਾਣੇ ਆਉਣਾ ਹੋਵੇ ਜਾਂ ਇੱਥੇ ਨਾਰੋਵਾਲ ਜਿਹੜਾ ਜੀ ਕਰਤਾਰਪੁਰ ਆਉਣਾ ਹੋਵੇ ਤੇ ਤੁਸੀਂ ਟੈਲੀਫੋਨ ਹੈ ਨੇ ਸਾਡੇ ਨਾਲ ਰਾਬਤਾ ਕਰੋ ਇਹਨਾਂ ਨਾਲ ਰਾਬਤਾ ਕਰੋ ਅਸੀਂ ਜਨਾਬ ਤੁਹਾਨੂੰ ਵੈਲਕਮ ਕਹਾਂਗੇ ਤੁਸੀਂ ਸਾਡੇ ਮਹਿਮਾਨ ਹੋਵੋਗੇ ਅਸੀਂ ਇਹ ਹੀ ਸਮਝਾਂਗੇ ਕਿ ਤੁਸੀਂ ਸਾਡੇ ਬਜ਼ੁਰਗਾਂ ਦੇ ਦੋਸਤ ਹੋ ਤੇ ਇੰਨੇ ਹੀ ਇੱਕ ਬੜੀ ਗੱਲ ਹੈ ਜੀ ਕਿ ਤੁਸੀਂ ਸਾਡੇ ਬਜ਼ੁਰਗਾਂ ਦਾ ਨਾਂ ਲਿਆ ਤੁਹਾਨੂੰ ਤੇ ਇੰਨੀ ਬੜੀ ਖੁਸ਼ੀ ਹੋਈ ਹੈ ਸਾਨੂੰ ਇੰਨਾ ਹੀ ਪਤਾ ਲੱਗਦਾ ਲੈ ਸਾਡੇ ਪਿਓ ਦਾਦੇ ਦੇ ਜਾਣਨ ਵਾਲੇ ਨੇ ਉਹਨਾਂ ਦੇ ਦੋਸਤ ਸਨ ਤੇ ਅਸੀਂ ਤੁਹਾਨੂੰ ਉਸ ਤਰ੍ਹਾਂ ਹੀ ਮਿਲਦੇ ਜਿਸ ਤਰ੍ਹਾਂ ਅਸੀਂ ਆਪਣੇ ਪਿਓ ਦਾਦੇ ਦੀ ਇੱਜ਼ਤ ਕਰਦੇ ਔਰ ਸਾਡੇ ਦਾਦਾ ਜੀ ਚੌਧਰੀ ਰਹਿਮਤ ਖਾਨ ਨੇ ਮੈਨੂੰ ਇੱਕ ਵਾਰੀ ਇਹ ਗੱਲ ਆਖੀ ਸੀ ਕਿ ਬੇਟਾ ਇੱਕ ਗੱਲ ਮੇਰੀ ਯਾਦ ਰੱਖੀ ਤੁਹਾਡਾ ਨਵਾਂ ਤਲਕ ਕਿਸੇ ਨਾਲ ਬਣੇ ਜਾਂ ਨਾ ਬਣੇ। ਅੱਛਾ ਸਮਝਦੇ ਹੋ ਜੀ ਨਵਾਂ ਤਲਕ ਬਣੇ ਜਾਂ ਨਾ ਬਣੇ ਲੇਕਿਨ ਜਿਹਦੇ ਨਾਲ ਮੇਰੇ ਤਲਕ ਨੇ ਉਹਦੀ ਔਲਾਦ ਵੀ ਆਉਂਦੀ ਹੋਵੇ ਤੇ ਉਹਦੇ ਨਾਲ ਤਲਕ ਕਾਇਮ ਰੱਖਿਓ। ਬਾਕੀ ਬੰਦੇ ਜਿਹੜੇ ਤੁਸੀਂ ਦੱਸਦੇ ਹੋ ਉਹ ਤੇ ਸਾਰੇ ਹੋ ਗਏ ਫੌਤ ਬਾਬਾ ਹੀਰਾ ਹੁੰਦਾ ਸੀ ਆਦਮ ਦਰਾਜ ਦਾ ਠੀਕ ਹੈ ਉਹ ਵੀ ਫੌਤ ਹੋ ਗਿਆ ਜੀ ਸਿੰਬਲਪੁਰੋਂ ਜਿੰਨੇ ਵੀ ਬੰਦਿਆਂ ਨੇ ਤੁਸਾਂ ਨਾਂ ਦੱਸੇ ਨੇ ਸਾਰੇ ਹੀ ਫੌਤ ਹੋ ਗਏ ਉਹਨਾਂ ਚੋਂ ਸ਼ਾਇਦ ਇੱਕ ਦੋ ਹੀ ਬੰਦਾ ਵੇਖਿਆ ਬਟਾਂ ਦਾ ਇੱਕ ਹੁੰਦਾ ਸੀ ਜੀ ਸਰਾਜ ਗਾਲਬਨ ਦਾ ਨਾਂ ਸੀ ਅੱਛਾ ਉਹਦੀ ਆਲੂਲਾ ਦੇ ਹੁਣ ਉਹ ਕਾਇਮ ਨੇ ਉਹਨੂੰ ਜ਼ਰੂਰ ਵੇਖਿਆ ਹੋਰ ਬਾਕੀ ਕੁਝ ਬੰਦੇ ਤੇ ਐਸੇ ਨੇ ਜਿਹੜੇ ਸ਼ਾਇਦ ਸਾਡੀ ਹੋਸ਼ ਵਾਸ ਤੋਂ ਪਹਿਲਾਂ ਦੇ ਦੁਨੀਆਂ ਤੋਂ ਜਾ ਚੁੱਕੇ ਨੇ ਜੇ ਕੋਈ ਸਾਗ ਹੁਣ ਅੱਜ ਕੱਲ ਕਿਸੇ ਨੂੰ ਪੈਲੀ ਦੇ ਵਿੱਚ ਕੋਈ ਸਾਗ ਖੋਲ ਨਹੀਂ ਜਾਣ ਦਿੰਦਾ ਜੇ ਕੋਈ ਤੋਰੀ ਜਾਏ ਤੇ ਉਹਨੇ ਇਹ ਨਹੀਂ ਆਖਣਾ ਕਿ ਮੈਂ ਸਾਗ ਖੋਲਾ ਉਹਨੇ ਪਹਿਲਾਂ ਤੇ ਉਹਦਾ ਉਜਾੜਾ ਕਰਨਾ ਉਦੋਂ ਤੁਹਾਡੇ ਬਜ਼ੁਰਗਾਂ ਦੀ ਖਾਸ ਕਰਕੇ ਇੱਕ ਬੜੀ ਆਖੋ ਜੀ ਕਰਮ ਨਵਾਜ਼ੀ ਤੇ ਅੱਲਾ ਦੀ ਜ਼ਾਤ ਦੀ ਇੱਕ ਉਹਨਾਂ ਦੀ ਸ਼ਫਕਤ ਸੀ ਕਿ ਉਹ ਜਿੰਨੇ ਵੀ ਉਹਨਾਂ ਦੇ ਉੱਤੇ ਗਰੀਬ ਗੁਰਬਾ ਹੈ ਸਨ ਉਹਨਾਂ ਵਾਸਤੇ ਦਾਣੇ ਸਾਗ ਕੋਈ ਪੱਠੇ ਵੱਢ ਕੇ ਲੈ ਗਿਆ ਕੋਈ ਜੋ ਮਰਜ਼ੀ ਕੋਈ ਨੁਕਸਾਨ ਕਰ ਗਿਆ ਉਹਨਾਂ ਇਹ ਸੋਚਣਾ ਕਿ ਬਾਈ ਅਗਲੇ ਨੂੰ ਇਹ ਨਾ ਪਤਾ ਲੱਗੇ ਕਿ ਇਹਨੇ ਮੈਨੂੰ ਵੇਖ ਲਿਆ ਤੇ ਉਹ ਜਿਹੜੇ ਹਾਲ ਦੇ ਵਿੱਚ ਲੱਗਾ ਉਹ ਆਪਣਾ ਕੰਮ ਕਰਕੇ ਹੀ ਵਾਪਸ ਜਾਵੇ ਜੇ ਕੋਈ ਪੱਠੇ ਵੱਢਦਾ ਪਿਆ ਤਾਂ ਉਹ ਵੱਢ ਕੇ ਹੀ ਜਾਵੇ अस्सलाम वालेकुम जो साहब जी वालेकुम अस्सलाम जो साहब की हाल जी ठीक हो जी बिल्कुल हां जी जो साहब अज असी इस वेले सांझा पंजाब दी टीम पहुंची है जी पिंड भलोवाली जिला सियालकोट ते तहसील भी सियालकोट तहसील डसका जी अच्छा 1947 वाली तहसील डसका ही सी 1947 डसका सी ठीक है जी ते अज असी पहुंची हां जी अज तक दो तीन दिन पहले मिट्टी दी महक चैनल दे सरदार सुखविंदर सिंह गिल साहब ने एक बाबा जी दा इंटरव्यू कीता सी सरदार दर्शन सिंह जी दा सन ऑफ सरदार वरियाम सिंह ते उन्हां दा तल्लक सी जी पिंड सिंबलपुर तहसील डसका जी जिला सियालकोट दा ओह वी पिंड दो तीन कड़ियां ने ओह अज असी उस इंटरव्यू दा फीडबैक देने वास्ते आए हां रिप्लाई करने वास्ते आए हां ਤੇ ਭਲੋਵਾਲੀ ਦੇ ਜਿਹੜੇ ਬਜ਼ੁਰਗ ਸਨ ਜਿਹੜੇ ਚੌਧਰੀ ਬੰਦੇ ਸਨ
इस पिंड जेडे आगू हादसा ने इस इलाके के ओ बजुर्ग कौन सन उन्हों का ना कि सारी गलबात जिन्होंने इंटरव्यू देखा उन्होंने पता ही है लेकिन अज असी उस ही घर मौजूद हाँ तो मैं चाहना तुम जरा इंटरव्यो कराओ कि असी इस वेले किस घर मौजूद हाँ कि गलबात रिकॉर्ड कर जा रहे हैं जी मेरे मोहतरम खादम जी जिस जगह असि बैठे हैं जी ये मतलब वो जायदारों का घर सी जी अच्छा ये जेडे सरदार दर्शन सिंह ने ना इन्हां दे इस घर नाल इन्हां दे सरदार वरियान सिंह जेडे उनके बालक सन उन्हां दा बड़ा प्यार सी इस घर नाल मैं इन्ना को प्यार सी के मतलब यक जान सन सही हां जी ते कोई भी मशवरा सलाह बाद जिहड़े सरदार वरियान सिंह ते चौधरी रहमत खान चौधरी मोहम्मद खान के जिहड़े वालिद सन उन्होंने मर्जी तो बगैर कोई कदम नहीं सन उठाते ते इस गले समझ लो कि बड़ी सांझ सी नाल सिंबल पुल का फासला जिहड़ा वे भल्लो वाले तो सारा कोई एक डेढ़ किलोमीटर का वे ठीक है घर जैलदारा का घर सी बड़ा नामी ग्रामी घर सी अगे भी इस टाइम भी इन्हों का बड़ा सियासी बैकग्राउंड है जी मतलब पंजाब असैम्बली दे एमपीए भी ने ते इन्हां दा बड़ा नाम है और बड़ी इलाके दे विच इन्हां दी बड़ी मतलब मशहूरी है और बड़े नेकी दे काम करदे ने और बेलोस लोगां नाल चलदे ने जी ते नसल दर नसल चलदे आए ने ये नहीं कि हुण इन्हां दे दादे परदादियां तों लैके हुण तक इन्हां दा इन्हां ने आवाम दी खिदमत कीती है लोगों के नाल चले ने माड़े गरीबां दे नाल लोगों ने साथ दिता वे ते इस गले जो भी मतलब सियासी तौर पर इलेक्शन इन हुंदे ने इसे वजह नाल कामयाब हुंदे ने कि इन्हां माड़े गरीबां दा लोग ख्याल करदे ने ते इन्हां दी जिहड़ी पुरानी जिहड़ी तारीख है ये 47 तों पहलां दी भी अगर वह वेख्या जाए तो उही असर इन्हां दे लहू विच अजे भी मौजूद है ते ये चौधरी रहमत खां और चौधरी मोहम्मद खां और चौधरी अमीन साहब जेडे ने ये जिन्हों का नाम बाबे दर्शन सिंह गुरां लिया वे अच्छा ये मतलब इन्हां दे मतलब वालिद सन इन्हां दे वड़के सन अच्छा। उन्हां दे असीं इस टाइम घर बैठे हां ठीक है ये जनाब साडे भाई निसार साहब ने ये जेडे साडे मौजूदा इस टाइम इस हल्के दे एमपीए ने उन्हां दे भाई ने ते उन्हां नाल तुसीं करो गल जी ठीक हो गया जी लो जी इंटरव्यू हो गया बुजुर्गां दा चो साहब अस्सलाम वालेकुम जी वालेकुम सलाम जनाब हां जी की नाम जी अपना जनाब मेरा नाम निसार अहमद है ठीक है वालद साहब दा जी मैं दसना जी ते मैं सरदार दर्शन सिंह साहब ने जेड़ा जी नाम ही लिया मेरे वालद साहब दा उन्हां नूं पुछया गया सी कि तुसी होर केड़े केड़े बंदे नूं जानदे तो उन्हां आख्या जी एक चोरी मोहम्मद अमीन है मैं उन्हूं भी जानदा सी अच्छा मैं चोरी मोहम्मद अमीन दा बेटा वा जी वाह जी चोरी मोहम्मद अमीन जेड़े ने ओ इन्हां दे जेड़े दोस्त सन चोरी रहमत खां ओ उन्हां दे बेटे सन असि उन्हां कोलो सुनदे रहे अपने दादा जी कोलो अच्छा यानी चौधरी रहमत खान साहब चौधरी रहमत खान साहब कोलो के सिंबलपुर जेड़े ने सरदारा दा घर सी ते मेरे उन्हां नाल बड़े तलक सन हुण असि ते वेखो जी देर हो गई असि ते गल ओही करने जेड़ी कोई सुनी सुनाई है शकल ते हां तुहां सानू वेख्या ते ना असां तुहानू वेख्या जरूर उन्हां कोलो तुहाडा नां सुनदे रहे कि मेरे बड़े तलक सन ते सरदार वरियाम सिंह नाल बड़े चंगे तलक सन सरदार वरियाम सिंह नाल उन्हां दे बेटे नाल ते फिर ओ एक तकसीम होना सी जी एक मुलक उधर दी तकसीम होने हन ओ ते एक कुदरती अमर सी के तुसी उधर तुर गए होर भी पता लगे कि साडे बुजुर्गां ने तुहाडी वालदा साहबा नू या तुहानू भी जाके कहा कि ना जाओ तुसी इत्थे ही रह जाओ रह जाओ रह जाओ लेकिन ओ एक अमर सी जी कुदरत तो नहीं कि तुहां जाने जाना सी क्योंकि तुहाडी सारी बरादर जेड़ी ओ हिजरत करके उधर जा रहे सी तुहाडे वास्ते भी एक मजबूरी बन गई ते सानू बड़ी खुशी होई है जी कि तुसा साडे और हां तुहानू वेख्या ते नहीं लेकिन तुसा साडे वालिद दा साडे दादे दा पड़दादे दे नावां नू जानदे हो अगर तुहानू जिंदगी च कदी मौका मिले ते असी तुसी एयरपोर्ट ते आओ ते असी तुहानू अगों वेलकम करना से एयरपोर्ट ते होवांगे जी कदी तुसा ननकाने आउणा होवे या इत्थे नारोवाल जेड़ा जी करतारपुर आउणा होवे ते तुसी टेलीफोन है ने साडे नाल राबता करो इन्हां नाल राबता करो असी जनाब तुहानू वेलकम कहांगे और तुसी साडे मेहमान होवोगे असी यही समझांगे कि तुसी साडे बुजुर्गां दे दोस्त हो ते इन्ने ही एक बड़ी गल है जी कि तुसा साडे बुजुर्गां दा नां लिया तुहानू ते इन्नी बड़ी खुशी होई है वाह जी ते अल्लाह ताला तुहानू भी तरक्की देवे और साडे भी जेड़ी फैमिली है जी ठीक है अलहमदुल्ला सियासी लोग शुरू तो पाकिस्तान बन तो पहला दे जैलदार फिर उदू बाद
चेयरमैन या यूनियन कौंसल की चेयरमैनी या इस तरह हो तू बाद फिर हूं आ गए थे जी मोहम्मद अमीन जी का तुम ना लिया जेड़ा बाबा रम खान का पुत्र सी वड्डा ओदे तो एक छोटा सरवर सी तो उदू छोटा अशरफ सी चौरी अशरफ दे तीन बच्चे हैं तो तीन ही वारी वारी अलग अलग दफा एम पी ए हो चुके ने पहला एक एम पी ए बनिया फिर दूसरा बनिया फिर अगो तीसरा बनिया सियासी लिहाज नाल भी चलो अलहमदुल्ला जी इलाके दे विच लोग जानते ने तो अजे तक भी बाप दादे दा भी ना लेंदे ने जेडे पुराने बंदे ने हुण माहौल तब्दील हो गया जी दुनिया तब्दील हो गई है नफसा नफसी दा आलम पै गया पहला लोग एक दूजे की कदर करते सन एहसास करते सन एक दूजे का एहसास करते हैं मतलब तुसी सिंबलपुर सो कदी खदान हास्ता तुसी उत्थे हुण हुंदे हो सानू इना ही पता लगता लिया साडे प्यो दादे दे जानन वाले ने उन्हां दे दोस्त सन ते असी तुहानू उस तरह ही मिलदे जिस तरह असी अपने प्यो दादे की इज्जत करने और साडे दादा जी चौरी रहमत खान ने मैनू एक बार ये गल आखी सी ये बेटा एक गल मेरी याद रखी तुहाडा नवां तलक किसे नाल बने या ना बने अच्छा समझ दो जी नवा तलक बने या ना बने लेकिन जिदे नाल मेरे तलक ने ओदी औलाद भी आउंदी होवे तो ओदे नाल तलक कायम रखियो कायम रखियो बिगाड़ना नहीं बिगाड़ना नहीं उहनां नूं ए ही होएगा कि यार साडे प्यो दे इहदे नाल तलक सन अगो साडे तलक ने अगो एक खानदानी जिहड़ी चीज है उहनां आखिया सी नवा तलक बनाओ या ना बनाओ जिन्ना फैमिलियां नाल या जेहड़े मेरे दोस्त ने उन्हां नाल अपने तलक उस तरह ही बहार रखियो जिस तरह मैं रखे ने क्योंकि वो जदों कदी भी गल होगी तो आखणगे नहीं यार भलवाड़ियों फलाने दा पुत्र है पोत्र है दोत्र है क्या बात है जी बाकी बंदे जेड़े तुसी दसदे हो ओ ते सारे हो गए फौत बाबा हीरा हुंदा सी आदम दराज दा ठीक है ओ भी फौत हो गया जी सिंबलपुरों जिन्ने भी बंदयां दे तुसां नां दसे ने सारे ही फौत हो गए उन्हां चो शायद एक दो ही बंदा वेख्या बटां दा एक हुंदा सी जी सराज गालबन दा नां सी अच्छा ओदी औलाद दे हुण ओ कायम ने ओनू जरूर वेख्या और बाकी कुछ बंदे ते ऐसे ने जेडे शायद हाडी होश वास तो पहला दे दुनिया तो जा चुके ने उन्हां ते असां वेख्या नहीं जी जी बाकी पुराणियां बंदियां जो होर जी इत्थे बुढ़े ग्राए हुंदा सी चौधरी सरफराज ओनू भी शायद तुसी जानदे ही होवोगे ओ फौरन पाकिस्तान बनन दे बाद एम एन ए होया सी मैंबर होया सी जी इत्थे कौमी असैम्बली दा असी तो तुम पता जी ब्रियार फैमिली दे तुसी ते सारे गुराए फैमिली दे हो लेकिन आपस तलक हुंदे ने जी दोस्ती हुंदी है फैमिलियां जेड़ियां ने या जातां पातां ते एक अलग गल है असल गल ते हुंदी है जी किसे नाल दोस्ती के नाल मिलना इंसानियत जिस तरह बाबा जी ने वीडियो दे विच कहा सी ना ना ओ ब्रियाम सिंह सी तना असी मुसलमान सा साडा रिश्ता सी इंसानियत दा तुसी ओ सारी जो सब गल बात सुनी बाबा जी दे दो पार्ट अपलोड होए सन बाबा जी ने आखी सी ना जी के असी उस वेले ना को मजहब नू वेंदे हां ना दूसरी वेंदे असी वेंदे हां इंसानियत दोस्ती दोस्ती तुहाडी किसे नाल भी हो सकदी है जी जिदे नाल दोस्ती होवे ओ दोस्ती हुंदी है और ओनू सही तरीके नाल निभाना चाहिदा दोस्ती जे ए नहीं हुंदा कि बंदा किसे टाइम च भी दोस्त नू दाल आवे असूली तौर ते दोस्ती उत्थे ही बहार रहिंदी है जिथे बंदा एक दूजे नाल मुखलस होवे जदों ओहदे दोस्ती दे विच लालच या जरूर तकबर इहो जिहियां चीजां आ जाण ते फिर दोस्ती जिहड़ी ओ खतम हो जांदी जी जी अच्छा जो साहब मेरा तुहाडे नाल इक होर सवाल है जी जी कि वेखो जी अपने बुजुर्गां दी ते सिफत कोई हर कोई करदे गल जिस तरह बाबा जी दर्शन सिंह ने कहा सी जेहड़ा मेरा बापू सी मेरा बाप सी सरदार उधम सिंह बड़ा वधिया बंदा सी बड़ा चंगा बंदा सी पिंड दे चार चुफेरे साडा रकबा सी कोई भी पैली चू साग तोड़ रहा या कोई चीज कर रहा वे ते अयो चीजां तुसी गल्लां सुनियां अपने बुजुर्गां कोलों कि भाई उधम सिंह वाकई वड्डे जिगरे दा बंदा सी हुण बाबा जी जेहड़ा वक्त है ओह गया बदल हुण ते नहीं जे वक्त शायद तुहाडे वाल भी होवे लेकिन साडे वाल ते वक्त इन्ना कि बदलिया कि हुण कोई बंदा एक दूजे नाल इन्नी हमदर्दी रखदा ही नहीं हर बंदा एक दूजे नूं दाज हुंदा है कि इहनूं इधरों दा ला लो इधरों दा ला लो पहला वक्त इस किस्म दा सी कि सानूं इह सुणिया कि जदों साडे दादा जी परदादा जी दी आह लो जिहड़े जैलदार सन उस तों बाद फिर उहनां दा बेटा जैलदार होया सी जिहड़े परदादा जी हन कोई गल नहीं
ਜਿਹੜੇ ਸਾਡੇ ਪੜਦਾਦਾ ਜੀ ਹਨ ਉਹ ਪਾਕਿਸਤਾਨ ਬਣਨ ਦੇ ਬਾਅਦ ਦੀ ਫਿਰ ਗੱਲ ਹੈ ਕਿ ਬਾਬਾ ਜੀ ਸਿਆਲਕੋਟ ਜਾਂਦੇ ਹੁੰਦੇ ਹਨ ਤੁਹਾਨੂੰ ਪਤਾ ਇੱਥੋਂ ਸਿਆਲਕੋਟ ਨੂੰ ਸਿੱਧੀ ਕੱਚੀ ਸੜਕ ਜਾਂਦੀ ਸੀ ਤੇ ਉਦੋਂ ਜਾਣਾ ਪੈਂਦਾ ਸੀ ਖਾਸ ਕਰਕੇ ਘੋੜੀਆਂ ਤੇ ਤੇ ਜਦੋਂ ਵਾਪਸ ਆਉਣਾ ਆਈਏ ਨਿਹੰਗ ਆਏ ਹੁੰਦੇ ਤੇ ਬਰਾਦਰੀ ਦੇ ਜਿਹੜੇ ਸਾਡੇ ਬੰਦੇ ਨੇ ਇਹ ਉਹਨਾਂ ਦੇ ਆਉਂਦਿਆਂ ਨੂੰ ਬੈਠੇ ਹੁੰਦੇ ਹਨ ਕਿ ਬਾਬੇ ਹੋਰੀ ਸਿਆਲਕੋਟ ਗਏ ਨੇ ਵਾਪਸ ਨਹੀਂ ਆਏ ਜਿੰਨਾ ਚਿਰ ਉਹਨਾਂ ਘਰ ਵਾਪਸ ਨਹੀਂ ਆ ਜਾਣਾ ਬਰਾਦਰੀ ਦੇ ਉਦੋਂ ਬਰਾਦਰੀ ਵੀ ਇੰਨੀ ਹੁੰਦੀ ਸੀ ਪੰਜ ਦਸ ਬੰਦੇ ਜਿਹੜੇ ਨੇ ਬਹਿ ਰਹਿੰਦੇ ਹਨ ਕਿ ਬਾਬਾ ਜੀ ਵਾਪਸ ਆਉਣਗੇ ਤੇ ਫੇਰ ਅਸਾਂ ਸੌਣਾ ਤੇ ਉਦੋਂ ਹਮਦਰਦੀਆਂ ਹੁੰਦੀਆਂ ਹਨ ਤੇ ਤੁਹਾਡੇ ਬਜ਼ੁਰਗਾਂ ਦੇ ਮੁਤਲਕ ਤੇ ਜਿਹੜਾ ਮੈਂ ਉਦੋਂ ਗੱਲਾਂ ਸ਼ੁਰੂ ਜੀ ਸੁਣਦੇ ਰਿਹਾ ਜੀ ਹੁਣ ਤੇ ਵੇਖੋ ਬਹੁਤ ਦੇਰ ਹੋਈ ਹੈ ਕਿ ਤੁਹਾਡੀ ਤੇ ਜ਼ਮੀਨ ਵੀ ਸਾਰੀ ਸਿੰਬਲਪੁਰ ਦੇ ਦੁਆਲੇ ਸੀ ਤੇ ਤੁਹਾਡੇ ਤੁਸੀਂ ਤਸਦੀਕ ਕਰਦੇ ਹੋ ਇਸ ਗੱਲ ਦੀ ਬਾਬਾ ਜੀ ਠੀਕ ਅੱਛਾ ਅੱਛਾ ਇਹਨਾਂ ਦੀ ਜ਼ਮੀਨ ਜਿਹੜੀ ਜੀ ਉਹ ਸਾਰੀ ਸਿੰਬਲ ਹੁਣ ਤੇ ਮੁਖਤਲਿਫ ਲੋਕਾਂ ਨੂੰ ਦੋ ਦੋ ਚਾਰ ਚਾਰ ਪੰਜ ਪੰਜ ਕਿੱਲੇ ਮਿਲ ਚੁੱਕੀ ਹੈ ਤੁਹਾਡੇ ਹਰ ਬਾਅਦ ਉੱਥੇ ਬਹੁਤ ਜ਼ਿਆਦਾ ਸੀ ਤੇ ਤੁਹਾਡੇ ਜਾਂ ਤੁਸੀਂ ਜਾਂ ਤੁਹਾਡੇ ਬਜ਼ੁਰਗਾਂ ਦੇ ਮੁਤਲਕ ਤੇ ਇਹ ਮੈਨਾਂ ਜੀ ਕਿ ਸਾਰੇ ਪਿੰਡ ਨੂੰ ਤੁਹਾਨੂੰ ਦਾਣੇ ਵੀ ਫ੍ਰੀ ਦੇਣੇ ਜੇ ਕੋਈ ਸਾਗ ਹੁਣ ਅੱਜ ਕੱਲ ਕਿਸੇ ਨੂੰ ਪੈਲੀ ਦੇ ਵਿੱਚ ਕੋਈ ਸਾਗ ਖੋਲ ਨਹੀਂ ਜਾਣ ਦਿੰਦਾ ਜੇ ਕੋਈ ਤੋਰੀ ਜਾਏ ਤੇ ਉਹਨੇ ਇਹ ਨਹੀਂ ਆਖਣਾ ਕਿ ਮੈਂ ਸਾਗ ਖੋਲਾਂ ਉਹਨੇ ਪਹਿਲਾਂ ਤੇ ਉਹਦਾ ਉਜਾੜਾ ਕਰਨਾ ਉਦੋਂ ਤੁਹਾਡੇ ਬਜ਼ੁਰਗਾਂ ਦੀ ਖਾਸ ਕਰਕੇ ਇੱਕ ਬੜੀ ਆਖੋ ਜੀ ਕਰਮ ਨਵਾਜ਼ੀ ਤੇ ਅੱਲਾ ਦੀ ਜ਼ਾਤ ਦੀ ਇੱਕ ਉਹਨਾਂ ਦੀ ਸ਼ਫਕਤ ਸੀ ਕਿ ਉਹ ਜਿੰਨੇ ਵੀ ਉਹਨਾਂ ਦੇ ਉੱਥੇ ਗਰੀਬ ਗੁਰਬਾ ਹੈ ਸਨ ਉਹਨਾਂ ਵਾਸਤੇ ਦਾਣੇ ਸਾਗ ਕੋਈ ਪੱਠੇ ਵੱਢ ਕੇ ਲੈ ਗਿਆ ਕੋਈ ਜੋ ਮਰਜ਼ੀ ਕੋਈ ਨੁਕਸਾਨ ਕਰ ਗਿਆ ਉਹਨਾਂ ਇਹ ਸੋਚਣਾ ਕਿ ਬਾਈ ਅਗਲੇ ਨੂੰ ਇਹ ਨਾ ਪਤਾ ਲੱਗੇ ਕਿ ਇਹਨੇ ਮੈਨੂੰ ਵੇਖ ਲਿਆ ਤੇ ਉਹ ਜਿਹੜੇ ਹਾਲ ਦੇ ਵਿੱਚ ਲੱਗਾ ਉਹ ਆਪਣਾ ਕੰਮ ਕਰਕੇ ਹੀ ਵਾਪਸ ਜਾਵੇ ਜੇ ਕੋਈ ਪੱਠੇ ਵੱਢਦਾ ਪਿਆ ਤਾਂ ਉਹ ਵੱਢ ਕੇ ਹੀ ਜਾਵੇ ਆਪਣਾ ਰਾਹ ਬਦਲ ਲੈਂਦੇ ਆਪਣਾ ਰਾਹ ਬਦਲ ਲਿਆ ਜਾਂ ਆਪਣੀ ਨਜ਼ਰ ਦੂਸਰੀ ਬਾਈ ਕਰ ਲਈ ਅਗਲਾ ਆਪਣਾ ਕੰਮ ਖਤਮ ਕਰਕੇ ਇਹਦੇ ਪੁੱਜੇ ਤੇ ਇਹ ਇੱਕ ਬੜੀ ਅੱਲਾ ਤਾਲਾ ਦੀ ਜ਼ਾਤ ਦੀ ਬੜੀ ਕਰਮ ਨਵਾਜ਼ੀ ਬੰਦੇ ਦੀ ਹੁੰਦੀ ਹੈ ਜੀ ਕਿ ਬੰਦਾ ਦੂਸਰੇ ਦੀ ਹਮਦਰਦੀ ਕਰੇ ਅੱਛਾ ਚੋ ਸਾਹਿਬ ਇਸ ਵੇਲੇ ਸਿੰਬਲਪੁਰ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਹੋਏਗਾ ਕਿ ਇਹਨਾਂ ਦਾ ਜਿਹੜਾ ਘਰ ਸੀ ਕਿੱਥੇ ਕਿਸ 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 ਪਾਸੇ ਸੀ ਕਿਸ ਪੁਆਇੰਟ ਤੇ ਸੀ ਸਿੰਬਲਪੁਰ ਦਾ ਜਿਹੜਾ ਇਹਨਾਂ ਦਾ ਘਰ ਸੀ ਲੈਂਦੀ ਬਾਈ ਮਿਰਜ਼ੇ ਵਾਲੀ ਸਾਈਡ ਤੇ ਬਿਲਕੁਲ ਸਹੀ ਇਸੇ ਤਰ੍ਹਾਂ ਮਿਰਜ਼ੇ ਵਾਲਾ ਹੈ ਬਿਲਕੁਲ ਸਾਹਮਣੇ ਹੁਣ ਜਿੱਥੇ ਤੁਹਾਡਾ ਜੀ ਪਹਿਲਾਂ ਸਰਦਾਰ ਜੀ ਬਾਬਾ ਜੀ ਜਿਹੜਾ ਤੁਹਾਡਾ ਘਰ ਸੀ ਉਹ ਸਾਡੇ ਹੋਸ਼ ਵਿੱਚ ਉਹਦੇ ਉੱਤੇ ਚੁਬਾਰਾ ਰਿਹਾ ਅੱਛਾ ਤੇ ਪਿੰਡੋਂ ਸਾਰਿਆਂ ਨਾਲੋਂ ਉੱਚਾ ਸੀ ਉਹ ਸਮਝਦੇ ਨਾ ਉੱਚਾ ਕੇ ਜ਼ਮੀਨ ਦੇ ਹਿਸਾਬ ਨਾਲ ਵੀ ਬਾਕੀ ਸਾਰੇ ਘਰ ਉਹਦੇ ਥੱਲੇ ਹੀ ਸਨ ਤੇ ਉਹ ਉੱਚਾ ਸੀ ਕੁਰਸੀ ਆ ਲੋ ਫੰਡੀਸ਼ਨ ਆ ਲੋ ਉਹ ਕਾਫੀ ਥੱਲੇ ਉੱਚਾ ਸੀ ਕਿ ਕਿੰਨੀਆਂ ਸੀੜੀਆਂ ਚੜ੍ਹ ਕੇ ਤੇ ਤੁਸਾਂ ਅੰਦਰ ਜਾਣਾ ਹੁੰਦਾ ਸੀ ਤੇ ਅੱਲਾ ਤਾਲਾ ਨੇ ਉਦੋਂ ਤੁਹਾਡੇ ਤੇ ਬੜਾ ਕਰਮ ਕੀਤਾ ਕਿ ਤੁਸਾਂ ਉਸ ਵਕਤ ਚ ਚੁਬਾਰਾ ਬਣਾਇਆ ਉਦੋਂ ਤੁਹਾਡੇ ਸਾਰੇ ਪਿੰਡ ਚ ਮੈਨੂੰ ਪਤਾ ਕਿਤੇ ਕੋਈ ਇੱਟ ਵੀ ਨਹੀਂ ਲੱਗੀ ਹੋਣੀ ਜਾਂ ਜੇ ਕੋਈ ਲੱਗੀ ਵੀ ਹੋਵੇ ਤੇ ਇਹ ਸੀ ਕਿਸੇ ਇੱਕ ਕਮਰਾ ਬਣਾ ਲਿਆ ਜਾਂ ਕਿਸੇ ਨੇ ਇੱਕ ਕਿਚਨ ਨਾਲ ਛੋਟਾ ਜਿਹਾ ਕੋਈ ਪੱਕਾ ਬਣਾ ਲਿਆ ਨਹੀਂ ਤੇ ਸਾਰਾ ਹੀ ਕੱਚਾ ਸੀ ਤਾਂ ਹੁਣ ਤੇ ਮਾਸ਼ਾ ਅੱਲਾ ਤੁਹਾਡਾ ਪਿੰਡ ਜਿਹੜਾ ਜੀ ਉਹ ਬਹੁਤ ਤਰੱਕੀ ਕਰ ਚੁੱਕਿਆ ਅੱਲਾ ਤਾਲਾ ਕਦੀ ਤੁਹਾਨੂੰ ਮੌਕਾ ਦੇਵੇ ਤੇ ਤੁਸੀਂ ਆਓ ਅਸੀਂ ਨਾਲੇ ਤੁਹਾਡੀ ਮਹਿਮਾਨ ਨਵਾਜ਼ੀ ਕਰੀਏ ਨਾਲੇ ਤੁਸੀਂ ਆਪਣਾ ਰਕਬਾ ਆਪਣਾ ਪਿੰਡ ਆਪਣਾ ਇਲਾਕਾ ਜਿਹੜਾ ਉਹ ਵੇਖ ਲਵੋ ਮਤਲਬ ਇਹਨਾਂ ਦਾ ਰਕਬਾ ਏਡਾ ਮਹਿੰਗਾ ਹੋ ਗਿਆ ਸਰਦਾਰ ਵਰਿਆਮ ਸਿੰਘ ਦਾ ਉਹ ਸਰਦਾਰ ਵਰਿਆਮ ਸਿੰਘ ਦਾ ਰਕਬਾ ਏਡਾ ਮਹਿੰਗਾ ਹੋ ਗਿਆ ਜਿਹੜੀ ਸੜਕ ਦੀਵਾਨਾ ਵਾਲੀ ਸੜਕ ਸੀ ਉਸ ਟਾਈਮ ਜਿਹੜੀ ਸਿਆਲਕੋਟ ਜਾਂਦੀ ਸੀ ਅਮਨਾਬਾਦ ਤੋਂ ਉਦੋਂ ਇਹਨੂੰ ਦੀਵਾਨਾ ਵਾਲੀ ਸੜਕ ਕਿਹਾ ਜਾਂਦਾ ਸੀ ਹਾਂਜੀ ਤੇ ਉਸ ਟਾਈਮ ਜਿਹੜੀ ਉਹਨਾਂ ਸਰਦਾਰ ਵਰਿਆਮ ਸਿੰਘ ਜਿਹੜੀ ਪਹਿਲੀ ਹੈ ਨਾ ਇਸ ਟਾਈਮ ਸੜਕ ਦਾ ਜਿਹੜਾ ਇੱਕ ਕਿੱਲਾ ਪਿਆ ਪੰਜ ਪੰਜ ਕਰੋੜ ਦਾ ਸਹੀ ਅੱਛਾ ਚੋ ਸਾਹਿਬ ਇੱਕ ਹੋਰ ਤੁਹਾਡੇ ਖਾਨਦਾਨ ਦੇ ਨਾਲ ਇੱਕ ਗੱਲ ਮਨਸੂਬ ਹੈ ਜਿਹੜੀ ਬਾਬਾ ਜੀ ਨੇ ਗੱਲ ਕੀਤੀ ਕਿ ਆਪਣਾ ਚੌਧਰੀ ਅਹਿਮਦ ਖਾਨ ਦੇ ਬੱਚੇ ਦਾ ਵਿਆਹ ਸੀ ਤੇ ਮੈਂ ਜੇਲ੍ਹ ਦੇ ਵਿੱਚ ਹਾਂ ਉਹਦਾ ਉਹ ਗੱਲ ਤਸਦੀਕ ਕਰੋ ਅਸੀਂ ਜੇਲ੍ਹ ਚਲੇ ਗਏ ਉਸ ਨੇ ਆਪਣੇ ਕੁੜਮਾਂ ਨੂੰ ਜਵਾਬ ਦੇ ਦਿੱਤਾ ਕਹਿੰਦਾ ਮੇਰਾ ਯਾਰ ਜੇਲ੍ਹ ਚ ਮੈਂ ਸ਼ਾਦੀ ਨਹੀਂ ਕਰੀ ਅੱਛਾ ਉਹਦੇ ਮੁੰਡੇ ਨੇ ਕਹਿਤਾ ਆਏਗਾ ਨਹੀਂ ਨਾ ਵਰਿਆਮ ਉਹ ਮੁੰਡੇ ਨੇ ਕਹਿਤਾ ਹਾਂ ਜਦ ਤੱਕ ਵਰਿਆਮ ਸਿੰਘ ਨਹੀਂ ਆਉਂਦਾ ਜੇਲ੍ਹ ਚੋਂ ਹਾਂ ਮੈਂ ਮੁੰਡਾ ਨਹੀਂ ਵਿਆਹ ਉਹ ਮੈਂ ਬਰਦਾਸ਼ਤ ਹੀ ਨਹੀਂ ਕਰ ਸਕਦਾ ਉਹ ਕਿਹੜੀ ਜਨੇਤ ਹੋਏਗੀ ਜੇ ਤੂੰ ਨਾ ਆਵੇ ਜਿਹਦੇ ਚ ਦਰਸ਼ਨ ਹੋਏਗਾ ਹਾਂ ਇਸ ਤਰ੍ਹਾਂ ਹੋਇਆ ਜੀ ਇੰਨੇ ਰਿਸ਼ਤੇ ਪਿੰਡ ਚੇਤੇ ਹੁੰਦਾ ਸਿੰਬਲਪੁਰ ਆਉਂਦਾ ਕੀ ਭੁੱਲਦਾ ਹੀ ਨਹੀਂ ਭੁੱਲਦਾ ਹੀ ਨਹੀਂ ਉਹ ਵੀ ਗੱਲ ਤੁਹਾਡੇ ਘਰਾਣੇ ਨਾਲ ਹੀ ਜੀ ਮੈਂ ਵੇਖੋ ਜੀ ਤੁਹਾਡੇ ਉਦੋਂ ਤੁਸਾਂ ਹੀ ਮੈਨੂੰ ਸੁਣਾਈ ਸੀ ਗੱਲ ਉਹਨਾਂ ਬਾਬੇ ਹੋਰਾਂ ਅੱਛਾ ਬਾਬੇ ਦਰਸ਼ਨ ਸਿੰਘ ਕੋਲ ਪਤਾ ਚੱਲਿਆ ਕਿ ਵੀ ਗੱਲ ਹੋਈ ਸੀ ਕੋਲੋਂ ਪਤਾ ਚੱਲਿਆ ਠੀਕ ਹੈ ਕਿ ਜਿਹੜੀ ਗੱਲ ਤੁਸਾਂ ਸੁਣਾਈ ਸੀ ਜੀ ਕਿ ਜਦੋਂ ਤੁਸੀਂ ਅੰਦਰ ਹੋਏ ਹੋ ਤੇ ਅਬਦੁਲ ਗਨੀ ਚੋਰੀ ਘੁੰਮੇਗਿਆਂ ਵਾਲਾ ਜਿਹੜਾ ਹੈ ਮੱਖਣ ਪਾਦਾ ਔਰ ਨਾਸ਼ਤਾ ਇਹ ਤੁਹਾਨੂੰ ਉੱਥੇ ਪਹੁੰਚਾਉਂਦਾ ਰਿਹਾ ਤੇ ਜਿਹੜਾ ਵੇ ਜੀ
ਉਹਨਾਂ ਦੇ ਸਾਡੇ ਦੇ ਕਿਸੇ ਬੱਚੇ ਦੀ ਸ਼ਾਦੀ ਸੀ ਹੁਣ ਸਾਡੇ ਤੇ ਉਹ ਸਾਡੇ ਜੋ ਤਾਂ ਨਹੀਂ ਹੋ ਸਕਦੀ ਉਹ ਸਾਡੇ ਕਿਸੇ ਦਾਦੇ ਦੀ ਜਾਂ ਉਹਨਾਂ ਦੀ ਸ਼ਾਦੀ ਸੀ ਤੇ ਉਹਨਾਂ ਤੁਸੀਂ ਜਦੋਂ ਅੰਦਰ ਸੋ ਬਾਬਾ ਜੀ ਉਦੋਂ ਉਹਨਾਂ ਆਖਿਆ ਕਿ ਸ਼ਾਦੀ ਉਹਨਾਂ ਚਿਰ ਨਹੀਂ ਹੋਣੀ ਜਿੰਨਾ ਚਿਰ ਉਹ ਜੇਲੋਂ ਵਾਪਸ ਨਾ ਆਉਣ ਚਲੋ ਅੱਲਾਹ ਤਾਲਾ ਕੀਤਾ ਤੁਸੀਂ ਜੇਲੋਂ ਜਲਦੀ ਵਾਪਸ ਆ ਗਏ ਤੇ ਇਹ ਵੀ ਇੱਕ ਦੇਖੋ ਕੈਸਾ ਪਿਆਰ ਦੀ ਗੱਲ ਹੈ ਕਿ ਬੰਦਾ ਇੱਕ ਸ਼ਾਦੀ ਹੁੰਦੀ ਹੋਵੇ ਰੋਛੜੇ ਨਹੀਂ ਯਾਰ ਮੇਰਾ ਯਾਰ ਅੰਦਰ ਹੈ ਉਹ ਵਾਪਸ ਆਏਗਾ ਤੇ ਮੈਂ ਕੰਮ ਕਰਨਾ ਹੁਣ ਵੀ ਹੈ ਨੇ ਦੁਨੀਆਂ ਤੇ ਕਿ ਜਿਹੜੇ ਬੰਦੇ ਕੋਈ ਕਰਦੇ ਨੇ ਨਹੀਂ ਯਾਰ ਮੇਰਾ ਭਰਾ ਜਾਂ ਫਲਾਣਾ ਅੰਦਰ ਹੈ ਜਾਂ ਉਹਨੂੰ ਕੋਈ ਮੁਸ਼ਕਲ ਪਈ ਹੈ ਐਡਾ ਤੁਹਾਡਾ ਫੰਕਸ਼ਨ ਇਹਨੂੰ ਪੋਸਟਪੋਨ ਕਰ ਦਿਓ ਫਿਰ ਪੁੱਛਿਆ ਮਹੀਨਾ ਮੈਂ ਆਪਣੇ ਘਰ ਵਿਆਹ ਰਚਾਉਂਦਾ ਚੰਗਾ ਲੱਗਦਾ ਮੈਂ ਆਪਣੇ ਘਰ ਕਿਸ ਤਰ੍ਹਾਂ ਵਿਆਹ ਰਚਾਵਾਂ ਜਦੋਂ ਕਿ ਮੇਰਾ ਯਾਰ ਅੰਦਰ ਹੈ ਦੇਖੋ ਜੀ ਜਿੱਥੇ ਪੁਰਾਣੇ ਤਲਕ ਨੇ ਉਹ ਬੰਦਾ ਤੇ ਨਹੀਂ ਭੁੱਲਦਾ ਤੁਹਾਡੇ ਵੀ ਹੁਣ ਬਜ਼ੁਰਗਾਂ ਸਾਡਿਆਂ ਨੂੰ ਮੇਰੇ ਵਾਲਦ ਸਾਹਿਬ ਮੁਹੰਮਦ ਮੀਨ ਸਾਹਿਬ ਨੂੰ ਵੀ ਫੌਤ ਹੋਇਆ ਕਿੱਥੇ 35 ਸਾਲ ਹੁੰਦੇ ਨੇ 84-85 ਦੀ ਗੱਲ ਹੈ ਜੀ ਤੇ ਚੋਰੀ ਰਹਿਮਤ ਹਾਂ ਦਾਦਾ ਜੀ ਜਿਹੜੇ ਮੇਰੇ ਸਨ ਇਹ ਵੀ ਉਦੋਂ 1 ਸਾਲ ਪਹਿਲਾਂ ਫੌਤ ਹੋਇਆ ਹੁਣ 35-35 ਸਾਲ ਤਕਰੀਬਨ ਤਕਰੀਬਨ 35 ਸਾਲ ਦੇ ਹੋ ਚਲੇ ਜੇ ਉਹਨਾਂ ਨੂੰ ਫੌਤ ਹੋਇਆ ਚੋਰੀ ਮੁਹੰਮਦ ਖਾਨ ਜਿਹੜਾ ਚੋਰੀ ਰਹਿਮਤ ਖਾਨ ਦਾ ਭਾਈ ਸੀ ਉਹ ਵੀ ਬੜੀ ਦੇਰ ਦਾ ਫੌਤ ਹੋ ਗਿਆ ਇੱਕ ਇਹਨਾਂ ਦਾ ਜਿਹੜਾ ਵੱਡਾ ਸੀ ਉਹਦਾ ਨਾਂ ਨੱਥੇ ਖਾਨ ਸੀ ਉਹ ਜ਼ੈਲਦਾਰ ਰਹੇ ਸਨ ਉਹ ਵੀ ਫੌਤ ਹੋ ਚੁੱਕੇ ਪੁਰਾਣੇ ਬੰਦੇ ਦੇ ਜਿਹੜੇ ਜੇ ਉਹ ਸਾਰੇ ਫੌਤ ਹੋ ਚੁੱਕੇ ਨੇ ਹੁਣ ਤੇ ਇੰਜੀ ਪੁਰਾਣੀਆਂ ਜਿਹੜੀਆਂ ਨਿਸ਼ਾਨੀਆਂ ਸਨ ਬਜ਼ੁਰਗਾਂ ਦੀ ਸੂਰਜ ਚੋਂ ਸਾਰੀਆਂ ਤੁਹਾਡਾ ਬਜ਼ੁਰਗਾਂ ਕੋਲ ਸੁਣਿਆ ਉਦੋਂ ਕਦੀ ਉਦੋਂ ਬਾਅਦ ਫਿਰ ਹੌਲੀ ਹੌਲੀ ਵਕਤ ਬਦਲ ਗਿਆ ਜੀ ਨਾ ਕੋਈ ਬੰਦਾ ਕਿਸੇ ਦਾ ਨਾਂ ਲੈਂਦਾ ਤੇ ਤੁਸਾਂ ਹੁਣ ਯਾਦ ਕਰਾਇਆ ਤੁਹਾਡੀ ਬੜੀ ਮਿਹਰਬਾਨੀ ਅਸੀਂ ਬੜੇ ਤੁਹਾਡੇ ਮਸ਼ਕੂਰ ਹਾਂ ਕਿ ਤੁਸਾਂ ਸਾਡੇ ਪਿਓ ਦਾਦੇ ਦਾ ਜਾਂ ਸਾਡੇ ਇਲਾਕੇ ਦਾ ਨਾਂ ਲਿਆ ਔਰ ਸਾਡੀ ਬੜੀ ਖਾਹਿਸ਼ ਹੈ ਖਾਸ ਕਰਕੇ ਮੇਰੀ ਖਾਹਿਸ਼ ਹੈ ਕਿ ਤੁਸੀਂ ਆਓ ਅਸੀਂ ਤੁਸੀਂ ਏਅਰਪੋਰਟ ਤੇ ਆਓ ਨਨਕਾਣੇ ਆਓ ਕਰਤਾਰਪੁਰ ਆਓ ਕਿਤੇ ਆਓ ਅਸੀਂ ਅੱਗੇ ਜਨਾਬ ਹਾਜ਼ਰ ਹੋਵਾਂਗੇ ਔਰ ਤੁਹਾਨੂੰ ਵੈਲਕਮ ਕਰਾਂਗੇ ਬਹੁਤ ਅਗਰ ਤੁਹਾਡਾ ਵੀਜ਼ਾ ਲੱਗ ਸਕੇ ਤੇ ਤੁਸੀਂ 10-20 ਦਿਨ ਦਾ ਵੀਜ਼ਾ ਲਵਾਓ ਤਾਂ ਅੱਗੇ ਤੁਸੀਂ ਸੈਰ ਅੱਗੇ ਪਿੱਛੇ ਆਪਣਾ ਪਿੰਡ ਵੀ ਵੇਖ ਸਕੋ ਆਪਣਾ ਇਲਾਕਾ ਵੇਖ ਸਕੋ ਤੁਹਾਡਾ ਇਲਾਕਾ ਤੇ ਹੁਣ ਬਿਲਕੁਲ ਇਸ ਤਰ੍ਹਾਂ ਸਮਝੋ ਜਿਸ ਤਰ੍ਹਾਂ ਉਦੋਂ ਕਦੀ ਡਸਕਾ ਹੁੰਦਾ ਸੀ ਨਾ ਹੁਣ ਉਸ ਤਰ੍ਹਾਂ ਜੋ ਉੱਥੇ ਸ਼ੈਲਰ 2 ਬਣੇ ਨੇ ਸਕੂਲ ਬਣੇ ਆ ਬਿਲਡਿੰਗਾਂ ਬਣੀਆਂ ਨੇ ਪੱਕੀਆਂ ਸੜਕਾਂ ਪਈਆਂ ਜਾਂਦੀਆਂ ਨੇ ਜੀ ਬਹੁਤ ਸਹੀ ਅੱਲਾਹ ਤਾਲਾ ਜੀ ਤੁਹਾਨੂੰ ਵੀ ਜ਼ਿੰਦਗੀ ਔਰ ਸਿਹਤ ਦੇਵੇ ਤੁਹਾਡੀ ਔਲਾਦ ਨੂੰ ਸਿਹਤ ਦੇਵੇ ਤੇ ਔਰ ਅੱਲਾਹ ਤਾਲਾ ਤੁਹਾਨੂੰ ਖੁਸ਼ ਔਰ ਖੁਰਮ ਰੱਖੇ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਇਸ ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ ਨਾ ਜੀ ਖਾਦਮ ਸਾਹਿਬ ਇਸ ਇਲਾਕੇ ਦੇ ਜਿਹੜੇ ਵੱਡੇ ਵੱਡੇ ਨਾਮ ਸਨ ਨਾ ਜੀ ਗੁਰਦੁਆਰ ਪਡੋਰੀਆ ਦੇ ਸਿੰਘ ਚੌਧਰੀ ਖੁਸ਼ਹਾਲ ਚੰਦ ਬੜਾ ਵੱਡਾ ਨਾਮ ਸੀ ਉਸ ਤੋਂ ਬਾਅਦ ਸਰਦਾਰ ਵਰਿਆਮ ਸਿੰਘ ਸਨ ਸਿੰਬਲਪੁਰ ਦੇ ਤੇ ਸਾਡੇ ਆਪਣਾ ਭਲਵਾਲ ਦੇ ਜਿਹੜੇ ਜ਼ਿਆਦਾ ਸਨ ਚੌਧਰੀ ਅਲਾਦਿੱਤਾ ਸਾਹਿਬ ਸਨ ਬਦੋ ਕੇ ਚੀਮੇ ਦੇ ਚੌਧਰੀ ਕਾਸਮ ਅਲੀ ਸਨ ਜੀ ਤੇ ਮਤਲਬ ਭੂਮੇਕੀ ਦੇ ਚੌਧਰੀ ਅਬਦੁਲ ਗਨੀ ਸਨ ਤੇ ਆਦਮ ਦਰਾਜ ਆਪਣਾ ਚੌਧਰੀ ਹੀਰਾ ਸਾਹਿਬ ਸਨ ਇਹ ਵੱਡੇ ਨਾਮ ਸਨ ਜੀ ਜਿਨ੍ਹਾਂ ਦਾ ਭਾਰਤ ਨੂੰ ਨਹੀਂ ਚੁੱਕਦਾ ਆਪਣੇ ਇਲਾਕੇ ਚ ਵੀ ਤੇ ਬਾਹਰ ਵੀ ਬਿਲਕੁਲ ਸਹੀ ਇਹ ਵੱਡੇ ਨਾਮ ਸਨ ਤੇ ਇਹ ਜਿਹੜੇ ਨਾਮ ਨੇ ਨਾ ਇਹ ਅਜੇ ਤੱਕ ਆਪਣੇ ਖਾਨਦਾਨ ਨੂੰ ਜਿਹੜੀ ਔਲਾਦਾਂ ਨੂੰ ਉਹਨਾਂ ਨੇ ਜਿੰਦਾ ਰੱਖਿਆ ਤੇ ਜਿਹੜੇ ਸਰਦਾਰ ਲੋਕ ਇੱਥੋਂ ਤੁਰ ਗਏ ਇਹਨੂੰ ਜ਼ਿਕਰ ਕਰਦੇ ਨੇ ਜੀ ਬਿਲਕੁਲ ਔਰ ਸਰਦਾਰ ਜਿਹੜੇ ਚਲੇ ਗਏ ਨੇ ਉਹ ਇਹਨਾਂ ਹਸਤੀਆਂ ਦਾ ਜ਼ਿਕਰ ਕਰ ਰਹੇ ਨੇ 17 ਸਾਲਾਂ ਬਾਅਦ ਵੀ ਉਹਨਾਂ ਦੇ ਦਿਲਾਂ ਚ ਇਹਨਾਂ ਦਾ ਮੁਹੱਬਤ ਪਿਆਰ ਉਹਨਾਂ ਦੇ ਦਿਲਾਂ ਚ ਅੱਗੇ ਵੀ ਮਜ਼ਬੂਤ ਹੈ ਇਹ ਬੜੀ ਵੱਡੀ ਆਨਰ ਵਾਲੀ ਗੱਲ ਠੀਕ ਹੈ ਜੀ ਬਹੁਤ ਆਲਾ